ਠਾਕੂ ਜੀ ਅਤੇ ਮੈਂ ਜਸਕੀਰ ਸਿੰਘ ਬਰਿਆਰ ਅਤੇ ਅੱਜ ਆਪਾਂ ਨਵੀਂ ਵੀਡੀਓ 'ਤੇ ਕੁਛ ਚੀਜ਼ਾਂ ਸਿੱਖਾਂਗੇ ਜੀ ਅਤੇ ਹੈ ਤਾਂ ਸਿੰਪਲ ਜੀ ਬਟ ਨਵੇਂ ਬੰਦੇ ਲਈ ਬੜੇ ਕੰਮ ਦੀਆਂ ਵਾ ਅਤੇ ਜਿਨ੍ਹਾਂ ਨੂੰ ਮਤਲਬ ਸਟਾਰਟਿੰਗ ਲੈਵਲ 'ਤੇ ਹਜੇ ਤਾਂ ਉਹ ਚੀਜ਼ਾਂ 'ਤੇ ਥੋੜ੍ਹੇ ਪ੍ਰੈਕਟਿਸ ਕਰ ਸਕਦੇ ਆ। ਮਤਲਬ ਇਹ ਚੀਜ਼ਾਂ ਹੈ ਸਟਾਰਟਿੰਗ ਲੈਵਲ ਦੀਆਂ ਬਟ ਜ਼ਰੂਰੀ ਬਹੁਤ ਆ, ਇਹ ਹਮੇਸ਼ਾ ਹੋਣੀਆਂ ਚਾਹੀਦੀਆਂ ਵਾ। ਅੱਜ ਆਪਾਂ ਸਮਝਾਂਗੇ ਜੀ, ਅੱਜ ਦਾ ਆਪਣਾ ਟੋਪਿਕ ਹੈਗਾ ਵਾ ਟ੍ਰੇਡਿੰਗ ਰੂਲਸ ਦੇ ਉੱਪਰ। ਮਤਲਬ ਆਪਣੇ ਕੋਲ ਰੂਲ ਕੀ ਹੋਣੇ ਚਾਹੀਦੇ ਟ੍ਰੇਡਿੰਗ ਦੇ ਲਈ, ਮੇਨ ਮੇਨ ਰੂਲ ਸਮਝਾਂਗੇ। ਹੈ ਤਾਂ ਬਹੁਤ ਚੀਜ਼ਾਂ ਆ ਜਾਂਦੀਆਂ, ਜੇ ਆਪਾਂ ਰੂਲ ਲਿਖਣ 'ਤੇ ਆਵਾਂਗੇ ਤਾਂ ਮਤਲਬ 30-40 ਆਪਾਂ ਰੂਲ ਲਿਖ ਸਕਦੇ ਹਾਂ, ਛੋਟੇ ਛੋਟੇ ਟੋਪਿਕ। ਬਟ ਆਪਾਂ ਮੇਨ ਮੇਨ ਰੂਲਸ ਦੀ ਗੱਲ ਕਰਾਂਗੇ ਵੀ ਕਿਹੜੇ ਕਿਹੜੇ ਰੂਲਸ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਜੀ ਨਾਲ ਨਾਲ ਮੈਂ ਇਹਦੇ 'ਤੇ ਲਿਖੂੰਗਾ, ਨਾਲ ਨਾਲ ਤੁਹਾਨੂੰ ਇਹ ਸ਼ੋ ਹੋ ਜੂਗਾ ਵੀ ਥੋੜ੍ਹੀ ਮੇਰੀ ਰਾਈਟਿੰਗ ਰਫ ਰਹੀ ਆ ਤਾਂ ਕੋਈ ਜ਼ਿਆਦਾ ਵਰਡਿੰਗ ਨਹੀਂ ਯੂਜ਼ ਹੋਊਗੀ ਤਾਂ ਈਜ਼ੀਲੀ ਸਮਝ ਆ ਜੂਗਾ। ਟ੍ਰੇਡਿੰਗ ਰੂਲਸ ਦੇ ਉੱਪਰ ਆਪਣੀ ਅੱਜ ਵੀਡੀਓ ਜੀ, ਥੋੜ੍ਹੀ ਜਿਹੀ ਮੇਰੇ ਸਪੈਲਿੰਗ ਮਿਸਟੇਕ ਵੀ ਹੋ ਸਕਦੀ ਹੈ ਜੀ, ਕਿਉਂਕਿ ਥੋੜ੍ਹੀ ਮੈਨੂੰ ਇੰਗਲਿਸ਼ ਘੱਟ ਆਉਂਦੀ ਆ ਤਾਂ ਮੈਂ ਥੋੜ੍ਹਾ ਜਿਹਾ ਜਿਵੇਂ ਕੋਈ ਚੀਜ਼ ਦੇ ਮੈਨੂੰ ਸਪੈਲਿੰਗ ਨਹੀਂ ਆਉਣ ਤਾਂ ਮੈਂ ਥੋੜ੍ਹਾ ਜਿਹਾ ਲਾਈਨਿੰਗ ਜਿਹੀ ਕਰ ਜਾਂਦਾ ਵਾਂ। ਤਾਂ ਟ੍ਰੇਡਿੰਗ ਰੂਲਸ ਦੇ ਉੱਪਰ ਅੱਜ ਆਪਾਂ ਸਾਹਮਣੇ ਆਉਂਗੇ ਜੀ ਵੀ ਆਪਣੇ ਰੂਲ ਕਿਹੜੇ ਕਿਹੜੇ ਹੋਣੇ ਚਾਹੀਦੇ। ਮੇਨ ਮੇਨ ਰੂਲ ਤੁਹਾਨੂੰ ਦੱਸੂੰਗਾ ਵੀ ਇਹ ਹਮੇਸ਼ਾ ਮਤਲਬ ਦਿਮਾਗ 'ਚ ਹੋਣੀ ਚਾਹੀਦੀ ਵੀ ਮੇਰਾ ਇਹ ਰੂਲ ਆ ਵੀ ਇਹ ਰੂਲ ਟੁੱਟਣਾ ਨਹੀਂ ਚਾਹੀਦਾ। ਜੇ ਬ੍ਰੇਕ ਹੋਊਗਾ ਤਾਂ ਮਤਲਬ ਸਾਰਾ ਜੋ ਵੀ ਪਲਾਨ ਆ ਉਹ ਫਿਰ ਮਤਲਬ ਸੈੱਟ ਨਹੀਂ ਰਹੂਗਾ। ਸਭ ਤੋਂ ਪਹਿਲਾਂ ਤਾਂ ਜੀ ਆਪਣੇ ਕੋਲ ਪਲਾਨ ਹੋਣਾ ਚਾਹੀਦਾ। ਪਲਾਨ ਦਾ ਮਤਲਬ ਇਹ ਆ ਵੀ ਜਦੋਂ ਆਪਾਂ ਟ੍ਰੇਡਿੰਗ ਕਰਦੇ ਹਾਂ ਜੀ ਤਾਂ ਸਭ ਕੋਲ ਇੱਕ ਪਲਾਨ ਹੁੰਦਾ ਵਾ। ਮਤਲਬ ਜਿਵੇਂ ਮੇਰਾ ਅੱਜ ਪਲਾਨ ਆ ਵੀ ਅੱਜ ਇਗਜ਼ਾਮਪਲ ਕੋਈ ਸਟੋਕ ਅਜੇ ਇਗਜ਼ਾਮਪਲ HDFC, ਮੇਰਾ ਪਲਾਨ ਆ ਵੀ ਇਹਦੇ ਉੱਪਰ ਜੇ ਇਹਨੇ ਇੱਦਾਂ ਕੀਤਾ ਤਾਂ ਮੈਂ ਇਹ 'ਚ ਬਾਏ ਸਾਈਡ ਟ੍ਰੇਡ ਕਰੂੰਗਾ। ਠੀਕ ਆ ਜੀ, ਕਿੱਦਾਂ ਕੀਤਾ ਮਤਲਬ ਉਹ ਮੇਰਾ ਇੱਕ ਪਲਾਨ ਆ। ਤਾਂ ਜੇ HDFC ਪਲਾਨ ਦੇ ਹਿਸਾਬ ਨਾਲ ਵਰਕ ਕਰਦਾ ਤਾਂ ਫਿਰ ਇਹ 'ਚ ਮੈਂ ਟ੍ਰੇਡ ਕਰੂੰਗਾ, ਅਦਰਵਾਈਜ਼ ਕੀ ਆ ਇਹਦੇ 'ਚ ਮੈਂ ਫਿਰ ਟ੍ਰੇਡ ਨਹੀਂ ਕਰੂੰਗਾ, ਇਹਨੂੰ ਛੱਡ ਦੂੰਗਾ। ਤਾਂ ਇੱਕ ਪਲਾਨ ਦਾ ਹਿੱਸਾ ਪਹਿਲਾਂ ਤਾਂ ਆ ਗਿਆ ਜੀ ਪਲਾਨ। ਦੂਸਰਾ ਹੋਣਾ ਚਾਹੀਦਾ ਵਾ ਪੇਸ਼ੈਂਸ। ਠੀਕ ਆ ਜੀ, ਪੇਸ਼ੈਂਸ ਮਤਲਬ ਜਿਵੇਂ ਆਪਣਾ ਪਲਾਨ ਆ, ਕਈ ਵਾਰੀ ਪਲਾਨ ਜਿਵੇਂ ਮਾਰਕੀਟ ਸਵੇਰੇ 9:15 ਓਪਨ ਹੁੰਦੀ ਆ ਜੀ, ਕਈ ਵਾਰੀ ਆਪਣੇ ਜਿਹੜੇ ਪਲੈਨਿੰਗ ਆ ਉਹ ਆਪਾਂ ਨੂੰ ਐਂਟਰੀ 10 ਵਜੇ ਵੀ ਦੇ ਸਕਦਾ ਵਾ, 11 ਵਜੇ ਵੀ ਦੇ ਸਕਦਾ ਵਾ, 9:30 ਵੀ ਦੇ ਸਕਦਾ ਵਾ, 10 ਵਜੇ ਵੀ ਦੇ ਸਕਦਾ, 10:15 ਵੀ ਦੇ ਸਕਦਾ, 1:30 ਵਜੇ ਵੀ ਦੇ ਸਕਦਾ ਵਾ, 1 ਵਜੇ। ਤਾਂ ਮਤਲਬ ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਆ। ਮਤਲਬ ਸਬਰ ਕਹਿ ਸਕਦੇ ਹਾਂ ਵੀ ਜਦੋਂ ਆਪਾਂ ਆਪਣੇ ਸੈਟਅਪ ਦੇ ਅੱਗੇ ਆ ਕੇ ਬੈਠ ਕੇ ਜਾਂ ਆਪਾਂ ਫੋਨ ਦੇ ਉੱਪਰ ਯੂਜ਼ ਕਰ ਰਹੇ ਹਾਂ ਤਾਂ ਜਿਹੜਾ ਆਪਣਾ ਪਲਾਨ ਆ ਉਹਦੀ ਵੇਟ ਕਰਨਾ ਵੀ ਕਦੋਂ ਉਹ ਪੂਰਾ ਹੋਊਗਾ ਤਾਂ ਕਦੋਂ ਮੈਂ ਐਂਟਰੀ ਕਰੂੰਗਾ। ਤਾਂ ਦੂਸਰਾ ਨੰਬਰ ਹੈਗਾ ਜੀ ਪੇਸ਼ੈਂਸ ਬਹੁਤ ਹੋਣੀ ਚਾਹੀਦੀ ਹੈ। ਇਹ ਪੇਸ਼ੈਂਸ ਮਤਲਬ ਬਹੁਤ ਹੋਣੀ ਜ਼ਰੂਰੀ ਹੈ। ਇਹ 1 ਘੰਟਾ ਵੀ ਲੈ ਸਕਦੀ ਹੈ, 2 ਘੰਟੇ ਵੀ ਲੈ ਸਕਦੀ ਹੈ, 3 ਘੰਟੇ, 4 ਘੰਟੇ, 5 ਘੰਟੇ ਵੀ ਲੈ ਸਕਦੀ ਹੈ। ਹੁਣ ਪੇਸ਼ੈਂਸ ਹਮੇਸ਼ਾ ਐਂਟਰੀ ਲੈਣ ਤੋਂ ਪਹਿਲਾਂ ਵੀ ਹੁੰਦਾ ਵਾ, ਐਂਟਰੀ ਲੈਣ ਤੋਂ ਬਾਅਦ ਵੀ ਹੁੰਦਾ। ਮਤਲਬ ਪਹਿਲਾਂ ਤਾਂ ਆਪਾਂ ਇਹ ਵੇਟ ਕਰਨੀ ਹੁੰਦੀ ਹੈ ਵੀ ਆਪਣੇ ਪਲਾਨ ਦੇ ਹਿਸਾਬ ਨਾਲ ਅਗਰ ਇਹ ਸਟੋਕ ਚੱਲੂਗਾ ਤਾਂ ਮੈਂ ਐਂਟਰੀ ਕਰੂੰਗਾ। ਫਿਰ ਉਸ ਤੋਂ ਬਾਅਦ ਜਿਹੜੀ ਪੇਸ਼ੈਂਸ ਹੁੰਦੀ ਆ ਉਹ ਟਾਰਗੇਟ ਅਤੇ ਸਟੋਪ ਲੋਸ ਦੀ ਪੇਸ਼ੈਂਸ ਹੁੰਦੀ ਹੈ। ਮਤਲਬ ਸਬਰ ਰੱਖਣਾ ਜੀ। ਇਗਜ਼ਾਮਪਲ ਆਪਾਂ ਟ੍ਰੇਡ ਮਿਲ ਗਈ ਜੀ 10:30 ਵਜੇ, ਹੁਣ ਉਸ ਤੋਂ ਬਾਅਦ ਆਪਣਾ ਜੀ ਇਗਜ਼ਾਮਪਲ ਆਹ ਵਾਲਾ ਪ੍ਰਾਈਜ਼ ਆਪਣਾ ਐਂਟਰੀ ਆ, ਆਹ ਟਾਰਗੇਟ ਆ, ਆਹ SL ਆ। ਤਾਂ ਇੱਥੋਂ ਆਪਾਂ ਐਂਟਰੀ ਕੀਤੀ ਆ, ਉਸ ਤੋਂ ਬਾਅਦ ਆਪਾਂ ਨੂੰ ਸਬਰ ਰੱਖਣਾ ਚਾਹੀਦਾ ਵੀ ਮਾਰਕੀਟ ਆਪਣੇ ਟਾਰਗੇਟ ਤੱਕ ਪਹੁੰਚ ਸਕੇ ਜਾਂ ਆਪਣੇ SL ਤੱਕ। ਤਾਂ ਦੋਨਾਂ ਚੀਜ਼ਾਂ ਸਬਰ ਰੱਖਣਾ ਬਹੁਤ ਜ਼ਰੂਰੀ ਹੈ ਟਾਰਗੇਟ ਲਈ ਵੀ। ਮਤਲਬ ਕਈ ਵਾਰੀ ਬੰਦਾ ਕੀ ਕਰਦਾ ਵਾ ਜਦੋਂ ਮਾਰਕੀਟ ਇੱਥੇ ਕਿਤੇ ਆਉਂਦੀ ਹੈ ਤਾਂ ਉਦੋਂ ਬਾਹਰ ਇੱਥੋਂ ਹੀ ਐਗਜ਼ਿਟ ਕਰ ਜਾਂਦਾ, ਤਾਂ ਟਾਰਗੇਟ ਤੱਕ ਪਹੁੰਚਣ ਲਈ ਮਾਰਕੀਟ ਨੂੰ ਟਾਈਮ ਲੱਗਦਾ। ਤਾਂ ਟਾਈਮ ਲੱਗਣ ਲਈ ਆਪਾਂ ਨੂੰ ਕਿ ਆਪਣੇ 'ਚ ਕੀ ਹੋਣੀ ਚਾਹੀਦੀ ਪੇਸ਼ੈਂਸ ਲੈਵਲ ਹੋਣਾ ਚਾਹੀਦਾ। ਤਾਂ ਦੂਸਰੇ ਨੰਬਰ 'ਤੇ ਹੈਗਾ ਜੀ ਪੇਸ਼ੈਂਸ ਹਮੇਸ਼ਾ ਟ੍ਰੇਡਿੰਗ ਦੇ ਵਿੱਚ ਜ਼ਰੂਰੀ ਹੀ ਜ਼ਰੂਰੀ ਹੈ। ਜੇ ਪੇਸ਼ੈਂਸ ਨਹੀਂ ਰੱਖਾਂਗੇ ਥੋੜ੍ਹਾ ਹੜਬੜਾ ਕੇ ਜਾਂ ਕਾਹਲੀ 'ਚ ਕੰਮ ਕਰਾਂਗੇ ਤਾਂ ਉਹ ਚੀਜ਼ਾਂ ਆਪਾਂ ਨੁਕਸਾਨ ਦੇਣਗੀਆਂ। ਠੀਕ ਹੈ ਜੀ, ਤੀਸਰੇ ਨੰਬਰ 'ਤੇ ਆ ਜਾਂਦਾ ਵਾ ਆਪਣਾ ਰਿਸਕ ਡਿਪੈਂਡਸ ਔਨ ਯੂ। ਰਿਸਕ ਡਿਪੈਂਡਸ ਔਨ ਯੂ ਮਤਲਬ ਵੀ ਰਿਸਕ ਉਨਾ ਕੁ ਲੈਣਾ ਚਾਹੀਦਾ ਵਾ ਜਿੰਨੀ ਕੁ ਆਪਣੀ ਜੇਬ ਚੱਲ ਸਕੇ। ਇਗਜ਼ਾਮਪਲ ਜਿੰਨੇ ਕੁ ਪੈਸਿਆਂ ਨਾਲ ਆਪਣੀ ਜੇਬ ਨੂੰ ਕੋਈ ਫਰਕ ਨਾ ਪਵੇ, ਆਪਣੇ ਦਿਮਾਗ 'ਤੇ ਫਰਕ ਨਾ ਪਵੇ, ਉਨਾ ਕੁ ਰਿਸਕ ਲੈਣਾ ਚਾਹੀਦਾ। ਇਗਜ਼ਾਮਪਲ ਮੈਂ ਜੀ 2000 ਦਾ ਰਿਸਕ ਲੈ ਸਕਦਾ, ਮਤਲਬ ਮੇਰੀ ਸ਼ਮਤਾ 2000 ਦਾ ਰਿਸਕ ਲੈਣ ਦੀ ਆ ਤਾਂ ਮੈਂ 2000 ਦਾ ਰਿਸਕ ਲਊਂ। ਹੁਣ ਮੈਂ 2000 ਦੀ ਜਗ੍ਹਾ 10000, 20000 ਦਾ ਰਿਸਕ ਲਊਂਗਾ ਤਾਂ ਉਹ ਕੀ ਆ, ਉਹ ਮੇਰੇ ਫਿਰ ਦਿਮਾਗ 'ਤੇ ਕੰਮ ਕਰੂਗਾ। ਮਤਲਬ ਹੈਡਕ ਜ਼ਿਆਦਾ ਆਊਗੀ ਜਾਂ ਆਪਾਂ ਕਹਿ ਸਕਦੇ ਟੈਨਸ਼ਨ ਜ਼ਿਆਦਾ ਆਊਗੀ।
ਤਾਂ ਇਸ ਲਈ ਰਿਸਕ ਉੰਨਾ ਕੁ ਹੀ ਲੈਣਾ ਚਾਹੀਦਾ ਵਾ ਜਿੰਨਾ ਕੁ ਆਪਣੇ ਮਤਲਬ ਆਪਾਂ ਚੱਲ ਸਕੀਏ ਪੰਜਾਬੀ ਦੇ ਵਿੱਚ ਕੀ ਹੈ। ਐਂ ਨਹੀਂ ਹੈਗਾ ਵੀ ਮੇਰੇ ਕੋਲ ਹੈਗਾ ਜੀ ਅੱਜ 50,000 ਵਿੱਚੋਂ ਮੈਂ 20,000 ਰਿਸਕ ਲੈ ਲਿਆ, ਜਾਂ ਮੇਰੇ ਕੋਲ ਹੈਗਾ ਜੀ ਅੱਜ 500,000 ਮੈਂ ਉਹਚੋਂ 3,00,000 ਦਾ ਰਿਸਕ ਲੈ ਲਿਆ, ਜਾਂ 2,00,000 ਦਾ ਰਿਸਕ ਲੈ ਲਿਆ, ਜਾਂ 50,000 ਦਾ ਰਿਸਕ। ਤਾਂ ਰਿਸਕ ਹਮੇਸ਼ਾ ਆਪਣੇ ਹਿਸਾਬ ਦੇ, ਇੱਕ ਤਾਂ ਦਿਮਾਗ ਦੇ ਉੱਪਰ ਡਿਪੈਂਡ ਹੁੰਦਾ ਜੀ ਵੀ ਰਿਸਕ ਆਪਣਾ ਕਿੰਨੀ ਕੈਪੀਟਲ ਆਪਣੀ ਉਹਦੇ ਹਿਸਾਬ ਨਾਲ ਲਿਆ ਜਾਂਦਾ। ਇਹ ਵੀ ਨਹੀਂ ਹੈਗਾ ਵੀ ਮੈਂ ਮੇਰੀ ਕੈਪੀਟਲ ਹੈਗੀ ਆ ਜੀ, ਐਗਜ਼ਾਮਪਲ ਐਜ਼ ਏ ਐਗਜ਼ਾਮਪਲ ਸਮਝੀਏ ਵੀ ਮੇਰੀ ਕੈਪੀਟਲ 1,00,000 ਆ, ਠੀਕ ਹੈ ਜੀ। ਹੁਣ ਮੈਂ ਕਹਾਂ ਜੀ ਮੈਂ ਇਹਦੇ ਉੱਪਰ 30,000 ਦਾ ਰਿਸਕ ਲਵਾਂ, ਮੇਰਾ ਦਿਮਾਗ ਝੱਲ ਸਕਦਾ ਵੀ 30,000 ਦਾ ਕੋਈ ਵੱਡੀ ਗੱਲ ਨਹੀਂ, ਬਟ ਇਹ ਤੁਹਾਡਾ ਦਿਮਾਗ ਝੱਲ ਸਕਦਾ ਵੀ ਹਾਂ 30,000 ਦਾ ਰਿਸਕ ਆ, ਵੀ ਹਾਂ ਆਪਾਂ ਇਹਨੂੰ ਮਤਲਬ ਅਬਜ਼ਰਵ ਕਰ ਸਕਦੇ ਹਾਂ, ਬਟ ਤੁਹਾਡੀ ਕੈਪੀਟਲ ਇਹ ਰਿਸਕ ਨੂੰ ਝੱਲ ਨਹੀਂ ਸਕਦੀ। ਮਤਲਬ 30,000 ਤੁਸੀਂ ਤਾਂ ਝੱਲ ਸਕਦੇ ਹੋ, ਬਟ ਤੁਹਾਡੀ ਕੈਪੀਟਲ 1,00,000 ਆ, ਜੇ ਉਹ 'ਚੋਂ 30,000 ਉੱਡ ਜੂਗਾ ਤਾਂ 70,000 ਰਹਿ ਜੂਗਾ, ਮਤਲਬ ਤੁਹਾਡੇ ਕੋਲ 70,000 ਟ੍ਰੇਡਿੰਗ ਕਰਨ ਲਈ ਰਹਿ ਜੂਗਾ, ਤੁਹਾਡੀ ਕੈਪੀਟਲ ਨਹੀਂ ਝੱਲ ਸਕਦੀ। ਮਤਲਬ ਇੱਕ ਤਾਂ ਪਰਸਨ ਚੱਲਣ ਹੋਣਾ ਚਾਹੀਦਾ ਰਿਸਕ, ਦੂਸਰਾ ਕੈਪੀਟਲ ਵੀ ਚੱਲਦੀ ਹੋਣੀ ਚਾਹੀਦੀ ਆ। ਇੱਦਾਂ ਨਾ ਹੋ ਜਾਵੇ ਹੁਣ 1,00,000 ਰੁਪਇਆ ਕੈਪੀਟਲ ਜੋ 30,000 ਰਿਸਕ ਲੈ ਗਿਆ, 40,000 ਰਿਸਕ ਲੈ ਗਿਆ, ਤਾਂ ਉਹ ਵੀ ਚੀਜ਼ਾਂ ਗਲਤ ਹੋ ਜਾਂਦੀਆਂ। ਹਰੇਕ ਚੀਜ਼ ਮੈਨੇਜਮੈਂਟ ਨਾਲ ਚੱਲਦੀ ਆ, ਜਿੰਨੀ ਕੁ ਕੈਪੀਟਲ ਉਹਦੇ ਹਿਸਾਬ ਨਾਲ ਰਿਸਕ ਲਿਆ ਜਾਂਦਾ, ਠੀਕ ਹੈ ਜੀ। ਚੌਥਾ ਆ ਜਾਂਦਾ ਵਾ ਹਮੇਸ਼ਾ ਐਗਜ਼ਿਟ ਦਾ ਜਿਹੜਾ ਟਾਈਮ ਆ, ਠੀਕ ਹੈ ਜੀ, ਉਹ ਟਾਰਗੇਟ ਦੇ ਉੱਪਰ ਡਿਪੈਂਡ ਕਰਦਾ ਅਤੇ ਸਟੋਪ ਲੋਸ ਦੇ ਉੱਪਰ ਡਿਪੈਂਡ ਕਰਦਾ। ਕਦੇ ਵੀ ਕਾਫੀ ਜਾਣੇ ਇਹ ਸੋਚ ਜਾਂਦੇ ਵੀ ਜਦੋਂ ਐਗਜ਼ਾਮਪਲ ਮਾਰਕੀਟ ਮੇਰੇ ਟਾਰਗੇਟ 'ਤੇ ਪਹੁੰਚ ਗਈ ਕੀ ਮੈਨੂੰ ਹੋਰ ਰੁਕਣਾ ਚਾਹੀਦਾ, ਮਤਲਬ ਵੇਟ ਕਰਨੀ ਚਾਹੀਦੀ ਆ, ਜਾਂ ਮੇਰੇ ਐਸ ਐਲ 'ਤੇ ਪਹੁੰਚ ਗਈ ਮਾਰਕੀਟ ਮੈਨੂੰ ਹੋਰ ਵੇਟ ਕਰਨੀ ਚਾਹੀਦੀ ਆ। ਇਹਦੇ 'ਚ ਦਿੱਕਤ ਕੀ ਆ ਜੀ, ਉੱਪਰ ਵਾਲੀ ਸਾਈਡ ਆਪਾਂ ਥੋੜ੍ਹਾ ਬਹੁਤਾ ਵੇਟ ਕਰ ਸਕਦੇ ਹਾਂ, ਉਹ ਵੀ ਆਪਾਂ ਨੂੰ ਲੈਵਲ ਦੇ ਹਿਸਾਬ ਨਾਲ ਦੇਖਣਾ ਪਊਗਾ ਵੀ ਆਪਾਂ ਵੇਟ ਕਰਨੀ ਚਾਹੀਦੀ ਆ ਜਾਂ ਨਹੀਂ, ਟਾਈਮ ਦੇ ਹਿਸਾਬ ਨਾਲ ਦੇਖਣਾ ਪਊਗਾ ਵੀ ਆਪਣੇ ਕੋਲ ਟਾਈਮ ਹੈਗਾ ਜਾਂ ਨਹੀਂ। ਬਟ ਆਪਾਂ ਐਸ ਐਲ 'ਤੇ ਜਦੋਂ ਮਾਰਕੀਟ ਆ ਗਈ ਉਦੋਂ ਕਦੇ ਵੀ ਵੇਟ ਨਹੀਂ ਕਰਨਾ ਚਾਹੀਦਾ, ਜਦੋਂ ਐਸ ਐਲ 'ਤੇ ਮਾਰਕੀਟ ਆ ਗਈ ਨਾਲ ਦੇ ਨਾਲ ਹੀ ਐਗਜ਼ਿਟ। ਇਹ 'ਚ ਕੀ ਹੁੰਦਾ ਵਾ, ਕਾਫੀ ਜਾਣੇ ਐਗਜ਼ਾਮਪਲ ਜਿਵੇਂ ਮੈਂ ਰਿਸਕ ਲਿਆ ਜੀ ਇਹ ਟ੍ਰੇਡ ਦੇ ਉੱਪਰ 1,000 ਦਾ, ਮੈਂ ਮਨ ਦੇ ਵਿੱਚ ਸੋਚ ਲੈਣਾ ਵੀ ਹਾਂਜੀ 1,000 ਰਿਸਕ ਹੋ ਗਿਆ, ਮਾਰਕੀਟ ਮੇਰੇ ਐਸ ਐਲ 'ਤੇ ਆ ਗਈ, ਥੋੜ੍ਹਾ ਜਿਹਾ ਹੋਰ ਵੇਟ ਕਰ ਲੈਣਾ, 200 ਦਾ ਰਿਸਕ ਹੋਰ ਲੈ ਲੈਣਾ, ਠੀਕ ਹੈ ਜੀ। ਉਹ 200 ਦਾ ਉਹ ਵੀ ਐਸ ਐਲ ਹਿੱਟ ਕਰ ਗਈ, ਮਤਲਬ 1,200 ਲੋਸ ਹੋ ਗਿਆ, ਉਸ ਤੋਂ ਬਾਅਦ ਕਹਿੰਦਾ ਥੋੜ੍ਹੀ ਜਿਹੀ ਹੋਰ ਵੇਟ ਕਰ ਲੈਂਦੇ ਹਾਂ ਇੱਥੇ ਤੱਕ ਐਸ ਐਲ ਲਾ ਦਿੰਦੇ ਹਾਂ, ਫਿਰ ਹੋ ਗਿਆ ਜੀ ਐਗਜ਼ਾਮਪਲ 1,500-1,600 ਰਿਸਕ। ਤਾਂ ਫਿਰ ਜਦੋਂ ਟਾਈਮ ਇਹਦਾ 20 ਤਾਂ ਫਿਰ ਬੰਦਾ 3-3 ਜਾ ਕੇ ਐਗਜ਼ਿਟ ਕਰਦਾ, ਤਾਂ ਉਹ 1,000 ਦੀ ਜਗ੍ਹਾ 1,500-1,600 ਰਿਸਕ ਲੈ ਲੈਂਦਾ। ਇਹ ਵੀ ਰਿਸਕ ਮੈਨੇਜਮੈਂਟ ਦਾ ਇੱਕ ਪਾਰਟ ਹੀ ਆ, ਇਹ ਵੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਕਾਫੀ ਜਾਣੇ ਜਿਵੇਂ ਮੇਰਾ ਐਸ ਐਲ ਆ ਵਾਲੇ ਪੁਆਇੰਟ 'ਤੇ ਆ ਜੀ, ਮਾਰਕੀਟ ਇੱਥੇ ਆ ਕਿ ਨਾਲ ਹੀ ਐਗਜ਼ਿਟ, ਇੱਦਾਂ ਨਹੀਂ ਹੈਗਾ ਵੀ ਇੱਥੇ ਕਰ ਦਿੰਦੇ ਐਸ ਐਲ ਫਿਰ ਮਾਰਕੀਟ ਫਿਰ ਇੱਥੇ ਕਰ ਦਿੰਦੇ, ਤਾਂ ਉਹਦੇ ਨਾਲ ਕੀ ਹੈ ਫਿਰ ਆਪਾਂ ਮਤਲਬ ਜ਼ਿਆਦਾ ਨੁਕਸਾਨ ਦੇ ਵਿੱਚ ਚਲੇ ਜਾਵਾਂਗੇ, ਠੀਕ ਹੈ ਜੀ। ਫੋਰਥ ਪੁਆਇੰਟ ਤਾਂ ਹੋ ਗਿਆ ਇਹ। ਫਿਫਥ ਪੁਆਇੰਟ ਹੈਗਾ ਜੀ ਆਪਣਾ, ਜਦੋਂ ਵੀ ਐਗਜ਼ਾਮਪਲ ਆਪਾਂ ਨੂੰ ਲੋਸ ਹੁੰਦਾ ਕੋਈ ਟ੍ਰੇਡ ਦੇ ਵਿੱਚ ਆਪਣਾ ਐਸ ਐਲ ਹਿੱਟ ਹੁੰਦਾ, ਤਾਂ ਉਹਦੀਆਂ ਮਤਲਬ ਜਿਹੜੀਆਂ ਮਿਸਟੇਕ ਆ ਉਹਨਾਂ ਨੂੰ ਫਿਕਸ ਕਰੋ। ਫਿਕਸ ਕੀ ਆ, ਕਿੱਦਾਂ ਫਿਕਸ ਕਰ ਸਕਦੇ ਹੋ, ਕਾਫੀ ਨੇ ਵੀ ਕਨਫਿਊਜ਼ਨ ਸੀ ਵੀ ਆਪਾਂ ਜਿਹੜੀਆਂ ਗਲਤੀਆਂ ਉਹਨੂੰ ਕਿਵੇਂ ਕੱਢ ਸਕਦੇ ਹੋ। ਇੱਕ ਬੈਕ 'ਤੇ ਜਾ ਕੇ ਜੀ 100 ਟ੍ਰੇਡ ਕਰੋ, ਠੀਕ ਹੈ ਜੀ, ਬੈਕ ਟੈਸਟਿੰਗ ਕਰ ਲਓ, ਉਹਦੇ ਵਿੱਚੋਂ ਜਿੰਨੀਆਂ ਸਹੀ ਗਈਆਂ, ਐਗਜ਼ਾਮਪਲ ਮੇਰੀਆਂ 40 ਸਹੀ ਗਈਆਂ 60 ਗਲਤ ਗਈਆਂ, ਉਹਨਾਂ ਨੂੰ ਇਹਨਾਂ ਦੇ ਨਾਲ ਮੈਚ ਕਰੋ, ਤਾਂ ਤੁਹਾਨੂੰ ਪਤਾ ਲੱਗੂਗਾ ਵੀ ਮੇਰੀ ਇਹਨਾਂ 60ਾਂ ਦੇ ਵਿੱਚ ਸਾਰਿਆਂ ਦੇ ਵਿੱਚ ਤਾਂ ਗਲਤੀ ਪਤਾ ਨਹੀਂ ਲੱਗੂ। ਕਈ ਵਾਰੀ ਕੀ ਹੋ ਜਾਂਦਾ ਵਾ ਆਪਣਾ ਪਲੈਨ ਸਹੀ ਹੋਣ ਦੇ ਨਾਲ ਵੀ ਕਈ ਵਾਰੀ ਅਸਲ ਮਾਰਕੀਟ ਨੂੰ ਆਪਾਂ ਦੇਣਾ ਪੈਂਦਾ, ਆਪਾਂ ਨੂੰ ਆਈ ਨਹੀਂ ਕਿ ਵੀ ਜੇ ਆਪਾਂ 100 ਟ੍ਰੇਡ ਕੀਤੀ 100 ਦੀ 100 ਸਹੀ ਜਾਵੇ। ਹੁਣ 60ਾਂ ਦੇ ਵਿੱਚੋਂ ਤੁਹਾਨੂੰ 10-20 ਟ੍ਰੇਡਾਂ ਇੱਦਾਂ ਦੀਆਂ ਮਿਲ ਜਾਣਗੀਆਂ ਜਿਨ੍ਹਾਂ ਦੇ ਵਿੱਚ ਤੁਹਾਡੀ ਖੁਦ ਦੀ ਮਿਸਟੇਕ ਹੋਊਗੀ। ਹੁਣ ਜੇ ਐਗਜ਼ਾਮਪਲ 20 ਉਹੀ ਸਹੀ ਹੋਣ ਤੁਹਾਡੀ ਮਿਸਟੇਕ ਦੇ ਹਿਸਾਬ ਨਾਲ, ਤਾਂ ਸਹੀ ਕਿੰਨੀਆਂ ਹੋ ਜਾਣਗੀਆਂ, ਜੇ ਉਹੀ ਸਹੀ ਹੁੰਦੀਆਂ 60, ਗਲਤ ਕਿੰਨੀਆਂ ਹੋ ਜਾਣਗੀਆਂ 40। ਤਾਂ ਇਹਦੇ ਨਾਲ ਕੀ ਆ, ਦੇਖੋ ਰਿਸਕ ਰਿਵਾਰਡ ਰੇਸ਼ੋ ਤੁਹਾਡੀ ਹਾਈ ਹੋ ਜੂਗੀ, ਮਤਲਬ ਨੁਕਸਾਨ ਘੱਟ ਪ੍ਰੋਫਿਟ ਜ਼ਿਆਦਾ, ਠੀਕ ਹੈ ਜੀ। ਇਹ ਵੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਕਦੇ ਵੀ ਐਂ ਇਹ ਸਟਾਰਟਿੰਗ ਲੈਵਲ ਦੀ ਚੀਜ਼ ਆ ਰਹੀ ਹੈ, ਠੀਕ ਹੈ, ਜਿਨ੍ਹਾਂ ਨੂੰ ਮਤਲਬ ਟ੍ਰੇਡਿੰਗ ਕਰਨੀ ਆਉਂਦੀ ਹੈ ਜਾਂ ਕਰ ਰਹੇ ਆ ਉਹਨਾਂ ਲਈ ਇਹ ਚੀਜ਼ਾਂ ਮਤਲਬ ਸਟਾਰਟਿੰਗ ਲੈਵਲ 'ਤੇ ਆਪਾਂ ਸ਼ੁਰੂਆਤ ਕਰ ਸਕਦੇ ਹਾਂ। ਪੁਆਇੰਟ ਇਹ ਆ ਜਾਂਦਾ ਵਾ ਜੀ, ਇਹ ਲਾਸਟ ਪੁਆਇੰਟ ਆ, ਠੀਕ ਹੈ ਜੀ, ਲਰਨ ਦੈਨ ਅਰਨ, ਇਹ ਬਹੁਤ ਜ਼ਰੂਰੀ ਹੈ ਜੀ। ਹੁਣ ਲਰਨ ਦੈਨ ਅਰਨ, ਮੈਂ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਪਾਈ ਸੀ ਜੀ, ਲਰਨ ਦੈਨ ਅਰਨ ਦਾ ਮਤਲਬ ਇਹ ਆ ਵੀ ਪਹਿਲਾਂ ਕਾਫੀ ਚੀਜ਼ਾਂ ਇਕੱਠੀਆਂ ਕਰ ਲਓ ਜਿੰਨੀਆਂ ਵੀ ਤੁਹਾਨੂੰ ਮਿਲਦੀਆਂ।
ਐਨੀ ਵੀ ਤੁਸੀਂ ਮੇਰੇ ਤੋਂ ਸਿੱਖੋ, ਕਿਤੋਂ ਵੀ ਯੂਟਿਊਬ ਤੋਂ ਜਾ ਕੇ ਸਰਚ ਕਰਕੇ ਪਹਿਲਾਂ ਕਾਫੀ ਮਟੀਰੀਅਲ ਇਕੱਠਾ ਕਰ ਲਓ, ਤੁਹਾਨੂੰ ਮੋਟਾ ਮੋਟਾ ਪਤਾ ਲੱਗ ਜੂਗਾ ਵੀ ਹਾਂ ਇੱਦਾਂ ਟ੍ਰੇਡਿੰਗ ਹੁੰਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਬਹੁਤ ਹੀ ਘੱਟ ਪੈਸਿਆਂ ਨਾਲ, ਮਤਲਬ ਜੇ ਤੁਸੀਂ 50,000 ਦੀ ਕੈਪੀਟਲ ਆ ਤੁਹਾਡੇ ਕੋਲ ਜਾਂ 10 ਲੱਖ ਦੀ ਕੈਪੀਟਲ ਆ, ਠੀਕ ਹੈ ਜੀ, ਜਾਂ 20 ਲੱਖ ਦੀ ਕੈਪੀਟਲ ਆ, ਇਹਨਾਂ ਨੂੰ ਛੱਡ ਕੇ ਸਿਰਫ 10,000 ਰੁਪਏ ਆਪਦੇ ਕੈਪੀਟਲ ਮਤਲਬ ਟ੍ਰੇਡਿੰਗ ਅਕਾਊਂਟ ਦੇ ਵਿੱਚ ਯੂਜ਼ ਕਰਕੇ ਇਹ 10,000 ਨਾਲ ਟ੍ਰੇਡ ਕਰੋ। ਤਾਂ 10,000 ਨਾਲ ਟ੍ਰੇਡ ਕਰੋਗੇ ਤਾਂ ਤੁਹਾਨੂੰ ਕਾਫੀ ਐਕਸਪੀਰੀਅੰਸ ਆ ਜੂਗਾ। ਇਹ 10,000 ਨਾਲ ਤੁਸੀਂ ਜੇ ਤੁਸੀਂ ਮਤਲਬ ਇਹ ਮੈਨੇਜਮੈਂਟ ਦੇ ਹਿਸਾਬ ਨਾਲ ਚੱਲੋਗੇ ਤਾਂ ਇਹਨੂੰ ਤੁਸੀਂ 4-5 ਮਹੀਨੇ ਵੀ ਯੂਜ਼ ਕਰ ਸਕਦੇ ਹੋ, ਮਤਲਬ ਐਂ ਨਹੀਂ ਕਿ ਵੀ 10,000 ਦੋ ਦਿਨਾਂ 'ਚ ਉੱਡ ਜੂਗਾ। ਹਾਂ, ਡਾਊਨ 'ਤੇ ਤਾਂ ਉਡਾ ਸਕਦੇ ਹਾਂ, ਬਟ ਜੇ ਮੈਨੇਜਮੈਂਟ ਦੇ ਹਿਸਾਬ ਨਾਲ ਚੱਲਾਂਗੇ ਤਾਂ ਇਹ 10,000 ਕਿਤੇ ਨਹੀਂ ਜਾਊਗਾ। ਇਹ 'ਚੋਂ ਕਦੇ ਤੁਹਾਡਾ ਐਗਜ਼ਾਮਪਲ 500 ਘੱਟ ਗਿਆ, ਕਦੇ 500 ਵੱਧ ਗਿਆ, ਮਤਲਬ ਬਰਾਬਰ ਚੱਲੂਗਾ, ਕਦੇ ਵੱਧ ਗਏ ਜਿਵੇਂ ਜਾਂ 9,000 ਰਹਿ ਗਿਆ, 10-500 ਹੋ ਗਿਆ, ਤਾਂ ਇਹ ਇੱਥੇ ਕਿਤੇ ਘੱਟ ਕੇ ਰਹੋਗੇ। ਕਿਉਂਕਿ ਹਮੇਸ਼ਾ ਮਾਰਕੀਟ ਕਦੇ ਵੀ ਇੱਦਾਂ ਨਹੀਂ ਹੋ ਸਕਦਾ ਵੀ ਜੇ ਤੁਸੀਂ 100 ਟ੍ਰੇਡ ਕੀਤੀ ਆ 100 ਦੀ 100 ਹੀ ਗਲਤ ਹੋ ਜਾਵੇ, ਠੀਕ ਹੈ ਜੀ। 100 'ਚੋਂ ਕੀ ਹੋ ਸਕਦਾ, 40 ਸਹੀ ਹੋ ਗਈਆਂ, 35 ਸਹੀ ਹੋ ਗਈਆਂ, ਫਿਰ ਵੀ ਆਪਾਂ ਪ੍ਰੋਫਿਟ ਦੇ ਵਿੱਚ ਰਵਾਂ। ਹੁਣ ਇਹ 'ਚ ਕਾਫੀ ਚੀਜ਼ਾਂ ਧਿਆਨ ਰੱਖਣਾ ਪੈਂਦਾ, ਉੱਪਰ ਜਿਹੜੀਆਂ ਆਪਾਂ ਚੀਜ਼ਾਂ ਸਮਝ ਘਟੇ ਹਾਂ ਇਹ ਵੀ ਦਿਮਾਗ ਦੇ ਵਿੱਚ ਹੋਣੀਆਂ ਜ਼ਰੂਰੀ ਆ। ਇੱਦਾਂ ਨਹੀਂ ਹੈ ਵੀ 10,000 ਲੈ ਕੇ ਆ ਗਏ ਜੀ, ਲੋਕ ਕੋਈ ਨਾ ਕੋਈ ਇੱਧਰ ਟ੍ਰੇਡ ਕਰ ਲਈ, ਕੋਈ ਇੱਧਰ ਟ੍ਰੇਡ ਕਰ ਲਈ, ਦਿਨ 'ਚ 10-10 ਟ੍ਰੇਡਾਂ ਕਰ ਲਈਆਂ, ਜਾਂ ਜਿੱਥੇ ਐਗਜ਼ਾਮਪਲ ਮਨ ਨੂੰ ਲੱਗਿਆ ਵੀ ਉੱਪਰ ਜਾਓ ਮਾਰਕੀਟ, ਉੱਥੇ ਟ੍ਰੇਡ ਕਰ ਲਈ, ਮਨ ਨੂੰ ਲੱਗ ਇੱਕ ਮਨ ਨੂੰ ਵੀ ਬਹੁਤ ਜ਼ਿਆਦਾ ਮਤਲਬ ਟ੍ਰੇਡਿੰਗ ਦੇ ਸਾਈਡ ਰੱਖਣਾ ਪੈਂਦਾ ਜੀ ਵੀ ਮਨ ਕੀ ਕਹਿ ਰਿਹਾ। ਮਨ ਦਾ ਕੁਛ ਨਹੀਂ, ਚਾਰਟ ਦੇ ਉੱਪਰ ਦੇਖੋ ਵੀ ਚਾਰਟ ਕੀ ਕਹਿ ਰਿਹਾ ਵਾ, ਚਾਰਟ ਅਪਸਾਈਡ ਕਹਿ ਰਿਹਾ ਵਾ ਜਾਂ ਡਾਊਨ ਸਾਈਡ ਕਹਿ ਰਿਹਾ ਵਾ, ਉਹਦੇ ਹਿਸਾਬ ਨਾਲ ਫਿਰ ਟ੍ਰੇਡ ਦੇ ਵਿੱਚ ਐਂਟਰ ਕਰਨਾ ਹੁੰਦਾ, ਠੀਕ ਹੈ ਜੀ। ਤਾਂ ਇਹ ਮਤਲਬ ਰੂਲ ਆ। ਹੁਣ ਰੂਲ ਜੇ ਆਪਾਂ ਲਿਖਣ 'ਤੇ ਜੀ ਬਹੁਤ ਲਿਖ ਸਕਦੇ ਹਾਂ, ਛੋਟੇ ਛੋਟੇ ਜੀ ਪੁਆਇੰਟ ਪੁਆਇੰਟ। ਹੁਣ ਉਹ ਰੂਲਾਂ ਦਾ ਕੀ ਆ ਜੀ, ਜਿਉਂ ਜਿਉਂ ਤੁਸੀਂ ਆਹ ਚੀਜ਼ਾਂ ਨੂੰ ਐਕਸਪੀਰੀਅੰਸ ਕਰੋਗੇ ਤਾਂ ਆਟੋਮੈਟਿਕਲੀ ਉਹ ਚੀਜ਼ਾਂ ਅਬਜ਼ਰਵ ਹੋ ਜਾਣਗੀਆਂ। ਮਾਰਕੀਟ ਦੇ ਵਿੱਚ ਟਿਕਣ ਲਈ ਸਭ ਤੋਂ ਪਹਿਲਾਂ ਤਾਂ ਜੀ ਪੇਸ਼ੈਂਸ ਚਾਹੀਦੀ ਆ ਮੇਰੇ ਹਿਸਾਬ ਨਾਲ। 2-3 ਚੀਜ਼ਾਂ ਤੁਹਾਨੂੰ ਦੱਸਦਾ, ਇੱਕ ਤਾਂ ਪੇਸ਼ੈਂਸ ਲੈਵਲ ਬਹੁਤ ਜ਼ਿਆਦਾ ਹਾਈ ਚਾਹੀਦਾ ਵਾ, ਹਾਈ ਦਾ ਮਤਲਬ ਵੀ ਆਪਾਂ ਨੂੰ ਸਟੇਅ ਕਰਨਾ ਆਉਣਾ ਚਾਹੀਦਾ। ਦੂਸਰਾ ਇਹ ਆ, ਕਾਫੀ ਜਾਣੇ ਜਿਵੇਂ ਲੋਸ ਹੋ ਜਾਂਦਾ ਜੀ, ਇਗਜ਼ਾਮਪਲ ਅੱਜ ਮੈਨੂੰ 2,000 ਦਾ ਲੋਸ ਹੋ ਗਿਆ, ਤਾਂ 2,000 ਦਾ ਲੋਸ ਹੋ ਕੇ ਫਿਰ ਬੰਦੇ ਥੋੜ੍ਹੇ ਪਛਤਾਉਂਦੇ ਆ ਯਾਰ ਅੱਜ ਮੈਨੂੰ 2,000 ਦਾ ਨੁਕਸਾਨ ਹੋ ਗਿਆ, 2,000 ਦਾ ਇਗਜ਼ਾਮਪਲ ਜੀ ਮੇਰੇ ਨਾਲ ਹੋਈਆਂ ਹੋਈਆਂ। ਕਿਉਂਕਿ ਇਹ ਚੀਜ਼ ਕੀ ਆ ਜੀ, ਇਹ ਮਤਲਬ ਆਈ ਨਹੀਂ ਹੈਗਾ ਵੀ ਕੋਈ ਚੀਜ਼ ਇਹ ਚੀਜ਼ ਤੋਂ ਗੁਜ਼ਰਦਾ ਨਹੀਂ, ਹਰੇਕ ਟ੍ਰੇਡਰ ਨੂੰ ਆਹ ਚੀਜ਼ਾਂ ਤੋਂ ਮਤਲਬ ਲੰਘਣਾ ਹੀ ਪੈਂਦਾ ਫਿਰ ਇੱਥੇ ਤੱਕ ਆਉਂਦਾ। ਜਿਵੇਂ ਇਗਜ਼ਾਮਪਲ 2,000 ਦਾ ਮੈਨੂੰ ਨੁਕਸਾਨ ਹੋ ਗਿਆ ਜੀ, ਤਾਂ ਫਿਰ ਮਨ ਦੇ ਵਿੱਚ ਸੋਚਦਾ ਬੰਦਾ ਯਾਰ 2,000 ਜੇ ਮੈਂ ਨਾ ਹੀ ਟ੍ਰੇਡ ਕਰਦਾ ਮੇਰੇ ਕੋਲ ਹੁੰਦੇ, ਜਾਂ ਬੰਦਾ ਅਗਰੈਸਿਵ ਹੋ ਜਾਂਦਾ ਵੀ ਕੱਲ੍ਹ ਨੂੰ ਮੈਂ ਜ਼ਿਆਦਾ ਪੈਸੇ ਲਾ ਕੇ ਟ੍ਰੇਡ ਕਰੂੰਗਾ। ਤਾਂ ਇਹ ਚੀਜ਼ਾਂ ਮਤਲਬ ਮੇਰੇ ਹਿਸਾਬ ਨਾਲ ਜੀ ਸਟਾਰਟਿੰਗ ਲੈਵਲ ਤੋਂ ਥੋੜ੍ਹੀਆਂ ਬੇਵਕੂਫ ਵਾਲੀਆਂ ਗੱਲਾਂ ਹੁੰਦੀਆਂ, ਮੈਂ ਵੀ ਥੋੜ੍ਹੀਆਂ ਬਹੁਤੀਆਂ ਕੀਤੀਆਂ ਇਹ ਚੀਜ਼ਾਂ ਤਾਂ, ਬਟ ਇਹ ਚੀਜ਼ਾਂ ਤੋਂ ਥੋੜ੍ਹਾ ਜਿਹਾ ਆਪਾਂ ਮੈਨੇਜਮੈਂਟ ਨਾਲ ਚੱਲਾਂਗੇ ਤਾਂ ਕਦੇ ਵੀ ਟ੍ਰੇਡਿੰਗ ਤੁਹਾਨੂੰ ਸਾਰੇ ਪੈਸੇ ਨੁਕਸਾਨ ਦੇ ਵਿੱਚ ਨਹੀਂ ਜਾਣਗੇ ਜੀ। ਮਤਲਬ ਜੇ ਰੂਲਾਂ ਦੇ ਮੁਤਾਬਕ ਚੱਲਾਂਗੇ, ਮਤਲਬ ਰਿਸਕ ਮੈਨੇਜਮੈਂਟ ਮੈਂ ਕਿੰਨਾ ਰਿਸਕ ਲੈਣਾ ਵਾ, ਕਿੰਨਾ ਕੁ ਮੈਂ ਪ੍ਰੋਫਿਟ ਕੱਢਣਾ ਵਾ, ਉਹਨਾਂ ਦੀ ਰੇਸ਼ੋ ਵੱਧ ਹੋਣੀ ਚਾਹੀਦੀ ਹੈ। ਰੇਸ਼ੋ ਦਾ ਮਤਲਬ ਹਮੇਸ਼ਾ ਲੋਸ ਤੁਹਾਡਾ ਘੱਟ ਹੋਣਾ ਚਾਹੀਦਾ। ਐਗਜ਼ਾਮਪਲ ਜੇ ਮੈਂ 1,000 ਦਾ ਰਿਸਕ ਲੈ ਰਿਹਾ ਜੀ ਕਿਸੇ ਟ੍ਰੇਡ ਦੇ ਉੱਪਰ, ਤਾਂ ਮੇਰਾ ਹਮੇਸ਼ਾ ਰਿਵਾਰਡ ਆ ਜਿਹੜਾ ਉਹ 1,500, 2,000 ਜਾਂ 2,500 ਜਾਂ 3,000 ਹੋਣਾ ਚਾਹੀਦਾ। ਉਹਦੇ ਨਾਲ ਕੀ ਆ, ਜੇ ਮੈਂ ਨੁਕਸਾਨ ਕਰੂੰਗਾ ਤਾਂ ਮੈਨੂੰ ਘੱਟ ਹੋਊਗਾ, ਜੇ ਫਾਇਦਾ ਹੋਊਗਾ ਤਾਂ ਮੈਨੂੰ ਵੱਧ ਹੋਊਗਾ, ਮਤਲਬ ਰੁਪਈਏ ਮੈਂ ਆਪਣੇ ਕੋਲ ਬਚਾ ਕੇ ਲੈ ਕੇ ਜਾਊਂਗਾ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਦਾ ਧਿਆਨ ਰੱਖਿਓ, ਇਹ ਬਹੁਤ ਜ਼ਰੂਰੀ ਆ ਟ੍ਰੇਡਿੰਗ ਦੇ ਵਿੱਚ, ਠੀਕ ਆ ਜੀ। ਉਮੀਦ ਆ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਊਗੀ, ਅਗਰ ਵੀਡੀਓ ਵਧੀਆ ਲੱਗੀ ਜੀ ਤਾਂ ਲਾਈਕ ਵੀ ਕਰਿਓ ਅਤੇ ਨੀਚੇ ਕਮੈਂਟ ਜ਼ਰੂਰ ਕਰ ਦਿਓ ਵੀ ਹਾਂ ਵੀਡੀਓ ਕਿੱਦਾਂ ਲੱਗੀ, ਠੀਕ ਹੈ ਜੀ। ਫਿਰ ਥੋੜ੍ਹਾ ਜਿਹਾ ਮੋਟੀਵੇਸ਼ਨ ਮਿਲ ਜਾਂਦੀ ਹੈ, ਫਿਰ ਬੰਦਾ ਨਾ ਅੱਗੇ ਦੇ ਅੱਗੇ ਥੋੜ੍ਹੀ ਜਿਹੀ ਹੋਰ ਉਹਨੂੰ ਪੈਂਦੀ ਆ ਵੀ ਹਾਂ ਵੀਡੀਓ ਹੋਰ ਅਪਲੋਡ ਕਰਾਂ, ਕਾਫੀ ਜਣੇ ਐਪਰੀਸ਼ੀਏਟ ਕਰ ਰਹੇ, ਠੀਕ ਹੈ ਜੀ। ਥੈਂਕ ਯੂ ਸਾਰਿਆਂ ਨੂੰ।